ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਆ ਭਾਈ ਕੀ ਨਾਂ ਤੁਹਾਡਾ? ਵਿਜੇ ਚੰਦ। ਵਿਜੇ ਚੰਦ, ਅਤੇ ਕੀ ਆ ਤਾਈ ਪਰੂਆ ਦਾ ਵੋਟ ਛੋੜ ਦਾ ਕੀ ਜ਼ੋਰ ਹੈ? ਵੋਟ ਛੋੜ ਬਸ ਬੋਲ ਲਓ ਤਿਆਰ। ਅੱਛਾ ਅੱਛਾ, ਅਤੇ ਜਿਹਨਾਂ ਦੇਖਣਾ ਕੁਛ ਮਿਲਦਾ ਲੋਕਾਂ ਨੇ ਜਿਹਨੇ ਮਦਦ ਕੀਤੀ ਜਾਂ ਕੁਛ ਵੀ ਦਿੱਤਾ ਮਤਲਬ ਤਾਂ ਉਹ ਬਸ ਮਤਲਬ ਬਿਲਕੁਲ ਹੈ ਬਿਲਕੁਲ। ਹੋਰ ਇਹ ਤਬਸਰੇ ਵੱਢਣੇ ਕਿ ਭੀੜ ਡਿੱਗੇ ਭੀੜ ਦੀ ਗੱਲ ਸੁਣੀ ਜਿਹਨੇ ਖਾਧਾ ਲੋਕਾਂ ਨੇ ਕਿ ਲਈ ਹੈ ਜੀ ਜੀ ਜੀ, ਅਤੇ ਉਹ ਤੋਂ ਹੀ ਬਸ ਇਹ ਮਤਲਬ ਕੰਮ ਕਰਨਾ ਚਾਹੀਦਾ। ਹੁਣ ਵੀ ਖਾਦ ਦੇ ਅੱਗੇ ਖਾਦਾ ਖਾਣਾ ਨਹੀਂ ਖਾਣਾ। 5 ਸਾਲ ਦੀ ਗਰੰਟੀ ਹੈ, 2029 ਤੋੜੀ ਤੁਹਾਡਾ ਰਾਸ਼ਨ ਕੋਈ ਕੱਟੀ ਨਹੀਂ ਸਕਦਾ ਮੋਦੀ ਦਾ ਦੌਰ ਤੋਂ। ਦੂਜੀ ਚੀਜ਼ ਇਹ ਆ ਕਿ ਪਹਿਲਾਂ ਪੈਨਸ਼ਨ 1000 ਰੁਪਇਆ ਸੁਣਦੀ, ਹੁਣ 3000 ਹੋਈ, ਇਹ ਵੀ ਗਰੰਟੀ ਮੋਦੀ ਦੀ। ਅਤੇ ਜਿਹੜੀ ਘਰ ਦੀ ਸਭ ਤੋਂ ਸਿਆਣੀ ਜਨਾਨੀ ਹੋਊ ਮਤਲਬ ਕਿ ਮਾਤਾ ਜਾਂ ਕੋਈ ਵੀ ਹੋਊ, ਉਸੀ 18000 ਰੁਪਇਆ ਸਾਲਾ ਦੇਣਾ, ਉਹ ਕੁਛ ਨਹੀਂ ਦੇਣਾ, ਮੋਦੀ ਨੇ ਦੇਣਾ। ਬਾੜੀਆ 6000 ਰੁਪਇਆ ਸੁਣਦਾ, ਹੁਣ 10000 ਰੁਪਇਆ ਸੁਣਾ, ਉਹ ਦੇਣਾ ਕੁਛ ਮੋਦੀ ਨੇ ਦੇਣਾ। ਜਿਹੜੇ ਲੋਕ ਅੱਜ ਅਸੀਂ ਆਖਦੇ ਕਿ ਭਾਈ ਤੁਸੀਂ ਕਣੀਆਂ ਵਾਲੇ ਚੌਲ ਦਿੱਤੇ, ਉਹਨੇ ਖਾਲੀ ਇੰਨੀ ਗੱਲ ਆਖੂੜੋ, ਇੱਕ ਦਿਨ ਖਾਲੀ ਪੂਰੇ ਹਿੰਦੁਸਤਾਨ 'ਚ ਲੂਣ ਵੰਡੀਆ ਦੱਸੂੜੋ, ਉਹਨੇ ਪਤਾ ਲੱਗਿਆ ਦੁਨੀਆਦਾਰੀ ਕਿਵੇਂ ਚੱਲਦੀ। ਤਬਸਰੇ ਬੜੇ ਮਾਰ ਦੇਈ ਸਕਦੇ ਗਣੀਆਂ ਉਹ ਖੜੇ ਤਬਸਰੇ ਬੜੇ ਮਤਲਬ ਵੀ ਤੁਹਾਡਾ ਹਿਸਾਬ ਕਰਨਾ ਵੋਟ ਕੁਸੀ ਦੇਣਾ ਚਾਹੀਦਾ। ਦੇਖਣਾ ਵੋਟ ਮਤਲਬ ਆਸ ਤੋਂ ਉੱਗੇ ਆਖਣੀ ਜਿੱਥੇ ਜਿੱਥਾ ਕਿ ਖਾਧਾ ਉਹ ਉੱਥੇ ਹੀ ਦੇਣਾ ਚਾਹੀਦਾ ਵੋਟ, ਸਾਡੇ ਹਿਸਾਬ ਕਰਨਾ ਇਹੀ ਗੱਲ। ਕਿਹੜੀ ਪਾਰਟੀ ਦੇਣਾ ਚਾਹੀਦਾ? ਦੇਖਣਾ ਪਾਰਟੀ ਸਾਡੀ ਉੱਗੇ ਵੀ ਉਹ ਜਿਹੜੀ ਮਤਲਬ ਪਾਰਟੀ ਜਨਤਾ ਦੀ ਜਨਤਾ ਪਾਰਟੀ ਜਿਹੜੇ ਉਹ ਦੋਵੇਂ ਮੋਦੀ ਜੀ ਸਿੱਧਾ ਇੱਕਿਆ ਗੱਲ ਗਈ ਅਸਾਂ ਮੋਦੀ ਵੋਟ ਦਾ। ਹਾਂ ਠੀਕ ਹੈ ਨੀ, ਬੀਜੇਪੀ ਪਾਰਟੀ ਸਾਡੀ ਜਿਹੜੀ ਹੈ ਤਾਂ ਉਹਨੇ ਦੇਣਾ ਵੋਟ, ਮੋਦੀ ਪਾਰਟੀ ਦੇ ਉੱਗੇ। ਠੀਕ ਹੈ ਜੀ, ਠੀਕ ਹੈ।